ਚਕਵਾਲ ਸ਼ਹਿਰ ਕੇ ਦਰੋ ਦੀਵਾਰ ਮਸਜਿਦ ਅਕਸਾ ਕੀ ਆਜ਼ਾਦੀ ਤੱਕ ਜੰਗ ਰਹੇਗੀ ਜੰਗ ਰਹੇਗੀ ਕਿ ਨਾਰੋਂ ਸੇ ਗੂੰਜ ਉੱਠੇ ਯੇ ਦਰੋ ਦੀਵਾਰ ਯੇ ਯੂਨੀਵਰਸਿਟੀ ਆਫ ਚਕਵਾਲ ਤੇ ਯੇ ਡੇਢ ਵਜੇ ਕੇ ਬਾਅਦ ਯੇ ਇੱਕ ਇਤਜਾਜੀ ਰੈਲੀ ਹੈ ਹਮ ਆਪਕੋ ਦਿਖਾ ਰਹੇ ਹਾਂ ਤੋ ਯੇ ਤੁਲਬਾ ਓ ਤਾਲਬਾਤ ਕੀ ਇੱਕ ਬੜੀ ਤਾਦਾਦ ਇਸ ਮੇਂ ਸ਼ਰੀਕ ਹੈ ਔਰ ਯੇ ਫਲਸਤੀਨ ਕੇ ਹੱਕ ਮੇਂ ਨਾਰਾਬਾਦੀ ਔਰ ਇਸਰਾਇਲ ਕੇ ਖਿਲਾਫ ਨਾਰਾਬਾਦੀ ਕਰ ਰਹੇ ਹਾਂ ਤੋ ਯੇ ਮਨਾਜ਼ਰ ਹਮ ਆਪਕੋ ਯੂਨੀਵਰਸਿਟੀ ਆਫ ਚਕਵਾਲ ਕੇ ਦਿਖਾ ਰਹੇ ਹਾਂ ਤੋ ਯੇ ਤਹਿਸੀਲ ਚੌਂਕ ਤੇ ਯੇ ਰੈਲੀ ਸ਼ੁਰੂ ਹੋ ਕਰ ਉਧਰ ਬੌਣ ਚੌਂਕ ਤੱਕ ਯੇ ਉਧਰ ਗਈ ਆ ਤੋ ਯੇ ਇਹਨਾਂਨੇ ਭਰਪੂਰ ਨਾਰਾਬਾਦੀ ਕੀ ਆ ਯੇ ਫਲਸਤੀਨੀ ਮੁਸਲਮਾਨੋ ਕੇ ਹੱਕ ਮੇਂ ਹਮਾਸ ਕੇ ਹੱਕ ਮੇਂ ਔਰ ਯੇ ਇਸਰਾਇਲ ਕੇ ਖਿਲਾਫ ਨਾਰਾਬਾਦੀ ਕੀ ਆ ਤੋ ਇਧਰ ਤਰੀਕੇ ਲਬੈਕ ਪਾਕਿਸਤਾਨ ਨੇ ਉਧਰ ਸ਼ੋਦਾ ਚੌਂਕ ਤੇ ਇੱਕ ਬੜੀ ਇਤਜਾਜੀ ਰੈਲੀ ਨਮਾਜ਼ ਜੁਮੇ ਕੇ ਬਾਅਦ ਯੇ ਹਮ ਆਪਕੋ ਅਭੀ ਮਨਾਜ਼ਰ ਦਿਖਾ ਰਹੇ ਹਾਂ ਤੋ ਯੇ ਇਧਰ ਸੇ ਸ਼ੋਦਾ ਚੌਂਕ ਸੇ ਯੇ ਇਧਰ ਨਿਕਲੀ ਆ ਔਰ ਯੇ ਦਿੱਲੀ ਅਮੀਰ ਕਾਰੀ ਤੋਕੀਰ ਇਕਬਾਲ ਯੇ ਇਸ ਕੀ ਕਿਆਦਤ ਕਰ ਰਹੇ ਹੈ ਮੌਲਾਨਾ ਉਮਰ ਨਕਸ਼ਬੰਦੀ ਵੀ ਮੌਜੂਦ ਹੈ ਜੋ ਇਸ ਰੈਲੀ ਮੇਂ ਮੌਜੂਦ ਹੈ ਤੋ ਕਾਦੀ ਮੁਖਤਾਰ ਅਹਿਮਦ ਵੀ ਇਸ ਰੈਲੀ ਮੇਂ ਸ਼ਰੀਕ ਹੈ ਤੋ ਯੇ ਜਲੂਸ ਕੇ ਸ਼ੁਰਕਾਰ ਨੇ ਆਪਣੇ ਹੱਥੋਂ ਮੇਂ ਬੈਨਰਸ ਔਰ ਪਲੇ ਕਾਰਡ ਔਰ ਫਲਸਤੀਨੀ ਝੰਡੇ ਉਠਾ ਰੱਖੇ ਹੈ ਯੇ ਹਮ ਆਪਕੋ ਮਨਾਜ਼ਰ ਦਿਖਾ ਰਹੇ ਹੈ ਔਰ ਯੇ ਨਾਰਾਬਾਦੀ ਕਰ ਰਹੇ ਹੈ ਕਿ ਯੇ ਮਸਜਿਦ ਅਕਸਾ ਜੋ ਹੈ ਨਾ ਮੁਸਲਮਾਨੋ ਕੀ ਜੋ ਹੈ ਰੈਡ ਲਾਈਨ ਹੈ ਔਰ ਯੇ ਇਸ ਆਜ਼ਾਦੀ ਜੋ ਹੈ ਅਬ ਇਸਸੇ ਅਬ ਯੇ ਵਕਤ ਆ ਗਿਆ ਹੈ ਕਿ ਅਬ ਯੇ ਆਪਣੇ ਬੈਤੁਲ ਮੁਕੱਦਸ ਕੋ ਔਰ ਆਪਣੇ ਕਿਬਲਾ ਅਵਲ ਕੋ ਯੇ ਫਲਸਤੀਨੀ ਔਰ ਯੇ ਜੋ ਯਹੂਦੀ ਕਾਬਜ਼ ਹੈ ਇਸ ਪਰ ਇਸਸੇ ਆਜ਼ਾਦ ਕਰਾਇਆ ਜਾਏ ਤੋ ਯੇ ਹਮ ਆਪਕੋ ਤਹਿਰੀਕ ਲਬੈਕ ਪਾਕਿਸਤਾਨ ਕਿ ਜੋ ਰੈਲੀ ਜੋ ਫਲਸਤੀਨੀਓ ਕੇ ਹੱਕ ਮੇਂ ਔਰ ਇਸਰਾਇਲ ਕੇ ਖਿਲਾਫ ਨਿਕਾਲੀ ਗਈ ਹੈ ਤੋ ਯੇ ਇੱਕ ਬੜੀ ਭਰਪੂਰ ਰੈਲੀ ਹੈ ਔਰ ਇਸ ਮੌਕੇ ਪਰ ਲਬੈਕ ਲਬੈਕ ਯਾ ਰਸੂਲ ਅੱਲਾ ਲਬੈਕ ਯਾ ਰਸੂਲ ਅੱਲਾ ਕੇ ਫਲਕ ਸ਼ਗਾਫ ਨਾਰੇ ਲਗਾਏ ਜਾ ਰਹੇ ਹੈ ਤੋ ਬਹਰਹਾਲ ਯੇ ਰੈਲੀ ਇਧਰ ਬੌਣ ਚੌਂਕ ਸੇ ਹੋਤੀ ਹੋਈ ਤਹਿਸੀਲ ਚੌਂਕ ਪਰ ਇੱਕ ਬੜੇ ਜਲਸੇ ਕੀ ਸ਼ਕਲ ਇਖਤਿਆਰ ਕਰ ਗਈ ਤੋ ਬਹਰਹਾਲ ਪੁਲਿਸ ਕੀ ਭਾਰੀ ਨਫਰੀ ਇਸ ਮੌਕੇ ਪਰ ਮੌਜੂਦ ਹੈ ਤੋ ਬਹਰਹਾਲ ਯੇ ਬੜੇ ਧੂੰਆਂਦਾਰ ਖਿਤਾਬਾਤ ਕੇ ਬਾਅਦ ਯੇ ਰੈਲੀ ਪੁਰਅਮਨ ਤੌਰ ਪਰ ਯੇ ਮੁੰਤਸ਼ਿਰ ਹੋ ਗਈ ਹੈ ਤੋ ਯੇ ਹਮ ਆਪਕੋ ਮਨਾਜ਼ਰ ਇਧਰ ਤਹਿਰੀਕ ਲਬੈਕ ਪਾਕਿਸਤਾਨ ਕੀ ਰੈਲੀ ਕੇ ਦਿਖਾ ਰਹੇ ਹੈ ਜੋ ਫਲਸਤੀਨੀਓ ਕੇ ਹੱਕ ਮੇਂ ਫਲਸਤੀਨੀ ਮੁਸਲਮਾਨੋ ਕੇ ਹੱਕ ਮੇਂ ਔਰ ਇਸਰਾਇਲ ਕੇ ਖਿਲਾਫ ਨਿਕਾਲੀ ਗਈ ਹੈ ਔਰ ਯੇ ਇੱਕ ਬੜੀ ਭਰਪੂਰ ਰੈਲੀ ਨਿਕਾਲੀ ਗਈ ਹੈ।